हेलो, सत श्री अकाल जी। स्वागत है तुहाडा अपने यूट्यूब चैनल बिग दिल कपल च। अज असी लेके आए हैं एक निक्की जी कहानी जो कि डिपेंड आ कि आपां किसी दियां गल्लां च आके गल्लां च लग आ के ठीक है अपना आपदा नुकसान कर लेने हैं। तो देखो तो दस्यो सानू तुहानू एक कहानी किवें लगी। कहानी अगे पेश है। मैं नौकरी मिल गई। शुक्र है परमात्मा का, रब ने तेरे सुन ली। मैं शुक्राना करती रब का। हाँ माँ, हूँ मैं दब के परमात्मा ने मेरी मेहनत का फल मैंने देता, मैं हूँ दब के मेहनत करूँगा। माँ प्यो की इज्जत रखी। माँ मैं थोड़ी दोनों की इज्जत का पूरा ख्याल रखूँगा। मुझे यही उम्मीद थी तेरे डैडी ने तक उंगल नहीं कराई। मैं हाँ माँ, मैं तेरा ना तेरा तो डैडी की इज्जत का बहुत ध्यान रखूँगा, तो दब के मेहनत करूँगा। चंगा पता ही मैं उम्मीद है बस थोड़ा नाम रोशन करूँगा। रवि दा नौकरी ते जान दा पहला दिन। ठीक है मम्मी, मैं चले काम ते। ठीक है बेटा, तू कमान में तेरे बात कर पाए तरक्की कर सीधे मैं काम मदद से जाया करा दूँ। ठीक है। आया कर तो नौकरी जान दे महीने बाद दा दृश्य। ਠੀਕ ਚੱਲਦਾ ਹੀ ਹੁੰਦੀ ਆ। ਕਿੰਨੀ ਕੁ ਤਨਖਾਹ ਦੇ ਦਿੰਦੇ ਆ? ਹੈਗੀ ਹੈ 10,000 ਰੁਪਇਆ। 10,000? ਚਲੋ ਇਹ ਗੱਲ ਤਾਂ ਵਧੀਆ, ਅਤੇ ਮੈਂ ਤੈਨੂੰ ਕਿਰਾਇਆ ਦੇਵਾਂ। ਹਾਂਜੀ ਹਾਂਜੀ ਦੱਸੋ। ਦੇਖੋ ਤੁਹਾਡੇ ਤਾਂ ਕਿੰਨੇ ਪਸ਼ੂ ਹੈਗੇ ਆ, ਦੁੱਧ ਦਾ ਕੰਮ ਵਡਾਉਣ ਵੀ ਵੈਸੇ ਵਧੀਆ ਚੱਲਦਾ, ਅਤੇ ਮੈਂ ਤਾਂ ਸੋਚਦੀ ਹਾਂ ਕਿ ਤੁਸੀਂ ਡੈਰੀ ਖੋਲ੍ਹੋ, ਆਪਦਾ ਡੈਰੀ ਫਾਰਮ ਨਾਲੇ ਆਪਦੇ ਘਰ ਦਾ ਜਿਹੜਾ ਬਿਜ਼ਨਸ ਕਰਦੇ ਆਪਾਂ, ਉਸ ਜ਼ਿਆਦਾ ਫਾਇਦਾ ਹੁੰਦਾ। ਠੀਕ ਹੈ ਜੀ, ਮੈਨੂੰ 1 ਮਹੀਨਾ ਹੀ ਹੋਇਆ ਨੌਕਰੀ ਦੇ ਜਾਂਦੇ ਨੂੰ। ਵਧੀਆ ਨੌਕਰੀ ਦੇ ਵਧੀਆ ਬੰਦਾ ਦਾ ਵਿਹਲਾ ਰਹਿੰਦਾ ਉੱਥੇ, ਅਤੇ 10,000 ਮਹੀਨੇ ਬਾਅਦ ਮਿਲ ਜਾਣਾ। ਇਹ ਤਾਂ ਹੈਗਾ, ਪਰ ਫਿਰ ਵੀ ਯਾਰ ਮਤਲਬ ਜਿਹੜਾ ਆਪਾਂ ਡੈਰੀ ਫਾਰਮ ਖੋਲ੍ਹਦੇ ਹਾਂ ਉਹ 'ਚ ਦੇਖੋ 30-40 ਹਜ਼ਾਰ ਰੁਪਏ ਦਾ ਫਾਇਦਾ ਹੋ ਜਾਂਦਾ ਆਪਾਂ ਨੂੰ। ਹਾਂ ਇਹ ਤਾਂ ਸਾਰਾ ਖਰਚਾ ਕਰ ਕੇ ਲੁੱਟ ਕੇ, ਅਤੇ ਨਾਲ ਸਾਡੇ ਰਿਸ਼ਤੇਦਾਰ ਹੈਗੇ ਆ ਉਹ ਮੇਰੇ ਭਤੀਜੇ ਆ, ਉਹ ਕਰਦੇ ਆ ਕੰਮ ਇਹ ਕੰਮ ਦਾ। ਤਾਂ ਹਾਂ ਵਧੀਆ। ਠੀਕ ਹੈ। ਦੇਵ ਤੋਂ ਬਾਅਦ ਦਾ ਦ੍ਰਿਸ਼। ਰਵੀ ਨੌਕਰੀ ਨਹੀਂ ਆਉਂਦਾ, ਕਿਤੇ ਤਬੀਅਤ ਕੀ ਕਰਨੀ ਸੀ? ਨਹੀਂ ਮੰਮੀ, ਤਬੀਅਤ ਠੀਕ ਆ ਲੈਣੀ ਸੀ, ਮੈਨੂੰ ਕਿਸੇ ਬੰਦੇ ਨੇ ਰਾਏ ਦਿੱਤੀ ਹੈ। ਮੈਂ ਹੁਣ ਨੌਕਰੀ ਨਹੀਂ ਕਰਨੀ, ਮੈਂ ਤਾਂ ਆਪਦਾ ਬਿਜ਼ਨਸ ਕਰਨਾ, ਤਾਂ ਡੇਅਰੀ ਫਾਰਮ ਕਰੂੰਗਾ। ਆਪਦੇ ਘਰ ਆਪਣੇ ਇੰਨੇ ਪਸ਼ੂ ਹੈਗੇ ਆ, ਮੈਂ ਤਾਂ ਉਹਨਾਂ ਤੋਂ ਉਹਨਾਂ ਨੂੰ ਵਧਾ ਕੇ ਆਪਦਾ ਡੇਅਰੀ ਫਾਰਮ ਦਾ ਬਿਜ਼ਨਸ ਸ਼ੁਰੂ ਕਰਨਾ। ਨਹੀਂ ਪੁੱਤ, ਨੌਕਰੀ ਤਾਂ ਨੌਕਰੀ ਹੁੰਦੀ ਆ, ਡੈਰੀ ਦਾ ਕੰਮ ਤਾਂ ਅਲੱਗ ਹੁੰਦਾ। ਨਹੀਂ ਮੰਮੀ, ਠੀਕ ਆ ਅਲੱਗ ਹੁੰਦਾ, ਪਰ ਮੈਂ ਕਿਸੇ ਥੱਲੇ ਲਾ ਕੇ ਕੰਮ ਨਹੀਂ ਕਰ ਸਕਦਾ। ਮੈਂ ਤਾਂ ਆਪਦੀ ਨੌਕਰੀ ਨਹੀਂ ਕਰਨੀ, ਮੈਂ ਤਾਂ ਆਪਦਾ ਡੇਅਰੀ ਫਾਰਮ ਕਰੂੰਗਾ, ਤਾਂ ਬਿਜ਼ਨਸ ਕਰੂੰਗਾ। 1 ਮਹੀਨੇ ਬਾਅਦ ਦਾ ਦ੍ਰਿਸ਼। ਆ ਮੇਰੇ ਥੋੜ੍ਹੀ ਹੁੰਦਾ ਪੈਸੇ ਵਾਲਾ ਕੰਜਰ ਪਲੇਸ। ਕੀ ਗੱਲ ਹੋਊਗੀ? ਨਹੀਂ ਮੈਂ ਤਾਂ ਮੰਮੀ ਜਦੋਂ ਦਾ ਮੈਂ ਨਾ ਨੌਕਰੀ ਕਰਦਾ ਸੀ ਚੰਗਾ ਸੀ, ਜਦੋਂ ਦਾ ਮੈਂ ਪਸ਼ੂਆਂ ਦਾ ਕੰਮ ਕਰਨ ਲੱਗਿਆ ਮੈਂ ਦਿਨੋਂ ਦਿਨ ਕਰਦੀ ਸੀ ਦੁੱਧ ਜਾਂਦਾ, ਮੈਂ ਕਿੱਥੋਂ ਸ਼ੌਂਕ ਪੂਰੇ ਕਰੂੰਗਾ। ਅਤੇ ਮੇਰੇ ਤੋਂ ਗਲਤੀ ਹੋ ਗਈ ਮੰਮੀ, ਮੈਂ ਅੱਜ ਉਹਦੀ ਆਪਦੀ ਗਲਤੀ ਸੁਧਾਰਦਾ ਅਤੇ ਦੁਬਾਰਾ ਨੌਕਰੀ 'ਤੇ ਲੱਗਦਾ। ਕਿੱਦਾਂ ਲੱਗੀ ਤੁਹਾਨੂੰ ਇਹ ਕਹਾਣੀ? ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਇਸ ਕਹਾਣੀ ਜੋ ਵੀ ਅਸੀਂ ਬਣਾਈ ਆ, ਅਸੀਂ ਇਹ ਕਿਸੇ ਨੂੰ ਠੇਸ ਪਹੁੰਚਾਉਣ ਲਈ ਨਹੀਂ ਬਣਾਈ, ਅਸਾਂ ਸਗਾਂ ਇਹ ਦੱਸਿਆ ਕਿ
ਕਦੇ ਵੀ ਕੋਈ ਫੈਸਲਾ ਲੈਣ ਤੋਂ ਪਹਿਲਾਂ ਆਪਦੇ ਪਰਿਵਾਰ ਨਾਲ ਰਾਏ ਕਰ ਲੈਣੀ ਚਾਹੀਦੀ ਹੈ। ਕਿਸੇ ਦੀਆਂ ਗੱਲਾਂ 'ਚ ਆ ਕੇ ਆਪਦਾ ਨੁਕਸਾਨ ਨਾ ਕਰਾਓ। ਅਤੇ ਕੋਈ ਕਿਸੇ ਨੂੰ ਵੀ ਇਸ ਵੀਡੀਓ ਦੇਖ ਕੇ ਕੋਈ ਠੇਸ ਪਹੁੰਚਦੀ ਹੈ ਤਾਂ ਪਲੀਜ਼ ਸਾਨੂੰ ਮਾਫ਼ ਕਰਿਆ ਜੇ ਅਸੀਂ ਕਿਸੇ ਨੂੰ ਦੁੱਖ ਦੇਣ ਲਈ ਇਹ ਕਹਾਣੀ ਨਹੀਂ ਬਣਾਈ। ਇਸ ਤਰ੍ਹਾਂ ਸਗੋਂ ਅੱਜ ਕੱਲ੍ਹ ਦੇ ਨਵੇਂ ਮੁੰਡਿਆਂ ਨੂੰ ਜਾਗਰੂਕ ਕਰਨ ਲਈ ਇਹ ਬਣਾਈ ਕਹਾਣੀ ਬਣਾਈ ਹੈ ਕਿ ਆਪਦੇ ਯਾਰਾਂ ਦੋਸਤਾਂ ਦੀਆਂ ਗੱਲਾਂ 'ਚ ਆਉਣ ਤੋਂ ਪਹਿਲਾਂ ਇੱਕ ਵਾਰੀ ਆਪਦੇ ਪਰਿਵਾਰ ਨਾਲ ਗੱਲ ਕਰ ਲੈਣੀ ਚਾਹੀਦੀ ਹੈ। ਤਾਂ ਦੱਸਿਓ ਫਿਰ ਕਹਾਣੀ ਤੁਹਾਨੂੰ ਕਿਵੇਂ ਲੱਗੀ। ਧੰਨਵਾਦ।